ਪਹਿਲੀ ਗੱਲ ਤਾਂ ਇਹ ਹੈ ਵੀ ਚਮਕੀਲਾ ਲੋਕਾਂ ਦਾ ਪਿਆਰਾ ਕਲਾਕਾਰ ਸੀ। ਕੁਝ ਲੋਕਾਂ ਨੇ ਉਹਦੇ 'ਤੇ ਦੂਸ਼ਣ ਲਾਏ ਵੀ ਬਹੁਤ ਗੰਦੇ ਗੀਤ ਗਾਉਂਦਾ। ਦੇਖੋ, ਸਾਡਾ ਕੰਮ ਹੈ ਲੋਕਾਂ ਦਾ ਮਨੋਰੰਜਨ ਕਰਨਾ, ਔਰ ਉਹਦੇ ਵਿੱਚ ਕਈ ਵਾਰੀ ਐਸਾ ਹੋ ਜਾਂਦਾ ਬਈ ਕੋਈ ਗਲਤ ਲਾਈਨਾਂ ਕਹੀਆਂ ਜਾਂਦੀਆਂ ਨੇ, ਠੀਕ ਹੈ, ਉਸ ਗੱਲ ਨੂੰ ਮੁੱਦਾ ਬਣਾ ਲੈਣਾ, ਉਸ ਗੱਲ ਨੂੰ ਲੈ ਕੇ ਕਿਸੇ ਦੇ ਪਿੱਛੇ ਪੈ ਜਾਣਾ। ਤੁਸੀਂ ਕਹਿ ਸਕਦੇ ਹੋ ਵੀ ਬਾਈ ਆਹ ਨਾ ਕਰ, ਇਹ ਅੱਛੀ ਗੱਲ ਹੈ। ਹੈਂਜੀ, ਚਮਕੀਲਾ ਦੀ ਬਹੁਤ ਅੱਛੀ ਆਵਾਜ਼ ਸੀ, ਬਹੁਤ ਅੱਛਾ ਸਿੰਗਰ ਸੀ, ਔਰ ਮੈਂ ਸਮਝਦਾ ਉਸ ਮੁੰਡੇ ਨੇ ਥੋੜ੍ਹੇ ਦਿਨਾਂ ਦੇ ਵਿੱਚ ਜੋ ਉਚਾਈ ਹਾਸਲ ਕੀਤੀ ਇਹ ਕਿਸੇ ਦੀ ਕਿਸਮਤ ਦੇ ਵਿੱਚ ਲਿਖਿਆ ਹੁੰਦਾ ਜਾਂ ਕਿਸੇ ਦੀ ਮਿਹਨਤ ਇਹੋ ਜਿਹਾ ਰੰਗ ਲੈ ਕੇ ਆਉਂਦੀ ਆ। ਹਾਂ, ਬਦਕਿਸਮਤੀ ਹੈ ਸਰੋਤਿਆਂ ਦੀ ਵੀ ਉਹਨਾਂ ਤੋਂ ਇੱਕ ਬਹੁਤ ਅੱਛਾ ਕਲਾਕਾਰ ਖੋਇਆ ਗਿਆ, ਬੇਵਕਤ ਖੋਇਆ ਗਿਆ, ਔਰ ਐਸਾ ਖੋਇਆ ਗਿਆ ਵੀ ਜਿਹਦਾ ਦੁੱਖ ਸਾਰੇ ਹੀ ਜਿਹੜੇ ਲੋਕ ਉਹਨੂੰ ਨਹੀਂ ਪਸੰਦ ਕਰਦੇ ਸੀ ਉਹਨਾਂ ਨੂੰ ਵੀ ਤਕਲੀਫ ਹੋਈ ਹੈ। ਕਿਉਂਕਿ ਇੱਕ ਚੀਜ਼ ਮੈਂ ਜਾਣਦਾ ਡਾਕਟਰ ਸਾਹਿਬ ਵੀ ਜੇ ਤੁਸੀਂ ਦੁਨੀਆਂ ਨੂੰ ਕੁਛ ਦੇ ਨਹੀਂ ਸਕਦੇ ਤਾਂ ਕਮ ਸੇ ਕਮ ਉਹ ਚੀਜ਼ ਮਤ ਲਵੋ ਜਿਹੜੀ ਪਰਮਾਤਮਾ ਨੇ ਬਖਸ਼ੀ ਹੋਈ ਹੈ। ਤੁਸੀਂ ਇਹ ਸਮਝ ਕੇ ਨਾ ਵੀ ਜੇ ਮੈਂ ਇਹਨੂੰ ਐਂ ਕਰ ਦਿੱਤਾ ਤਾਂ ਰੱਬ ਬੜਾ ਖੁਸ਼ ਹੋਊਗਾ। ਯਾਰ, ਰੱਬ ਦੀ ਦਿੱਤੀ ਹੋਈ ਚੀਜ਼, ਮਿਸਾਲ ਦੇ ਤੌਰ 'ਤੇ ਉਸੋਂ ਲਿਖਦੇ ਨੇ, ਕਹਿੰਦੇ ਦੁਨੀਆ ਐਸੀ ਹੋਈ ਹੈ ਵੀ ਪਰਮਾਤਮਾ ਦਾ ਪੈਦਾ ਕੀਤਾ ਹੋਇਆ ਫੁੱਲ ਪੱਟ ਕੇ ਉਹਦੀ ਪੈਰਾਂ 'ਤੇ ਚਾੜ ਦਿੰਦੇ ਨੇ, ਮਹਾਰਾਜ ਸਾਨੂੰ ਆਹ ਕੁਛ ਦਿੰਦੀ, ਕਿੱਡੀ ਮਾੜੀ ਗੱਲ ਹੈ ਵੀ ਜਿਹੜੀ ਉਹਨੇ ਖੂਬਸੂਰਤੀ ਪੈਦਾ ਕੀਤੀ ਹੈ, ਖੂਬਸੂਰਤੀ ਔਰ ਖੁਸ਼ਬੋ ਤੁਸੀਂ ਉਹਨੂੰ ਹੀ ਮਿਟਾ ਕੇ ਤੁਸੀਂ, ਮੇਰੇ ਕਹਿਣ ਦਾ ਮਤਲਬ ਹੈ ਜੋ ਹੋਇਆ ਉਹ ਅੱਛਾ ਨਹੀਂ ਹੋਇਆ। ਤੁਸੀਂ ਸਟੇਜ ਕੋਈ ਸਾਂਝੀ ਕੀਤੀ ਹੋਵੇ ਜਾਂ ਕਦੇ ਮਿਲੇ ਹੋਵੋ ਚਮਕੀਲਾ ਜੀ ਦੇ ਨਾਲ, ਕੋਈ ਗੱਲਬਾਤ ਤੁਹਾਨੂੰ ਯਾਦ ਹੋਵੇ ਉਹਨਾਂ ਦੇ ਨਾਲ, ਕੋਈ ਕਿੱਸਾ ਯਾਦ ਹੋਵੇ ਉਸ ਦੌਰ ਦਾ? ਹਾਂ, ਚਮਕੀਲਾ ਜੀ ਮੇਰੇ ਕੋਲ ਇੱਕ ਦੋ ਵਾਰੀ ਆਏ ਨੇ। ਇੱਕ ਵਾਰੀ ਤਾਂ ਮੇਰਾ ਖਿਆਲ ਹੈ 10 ਕੁ ਦਿਨ ਪਹਿਲਾਂ ਹੀ ਆਏ ਸੀਗੇ, ਅਤੇ ਮੈਨੂੰ ਕਹਿੰਦੇ ਭਾਅ ਜੀ ਮੇਰੇ ਨਾਲ ਚੱਲੋਗੇ? ਮੈਂ ਚੱਲ ਭਾਈ, ਰਾਤ ਦਾ ਸਮਾਂ ਸੀਗਾ, ਸ਼ਾਇਦ ਉਹ ਕਿਸੇ ਪ੍ਰੋਗਰਾਮ ਤੋਂ ਆਇਆ ਸੀ, ਮੈਂ ਘਰ ਸੀਗਾ, ਅਤੇ ਮੈਨੂੰ ਉਹ ਕਾਰ 'ਚ ਬਿਠਾ ਕੇ ਲੈ ਗਏ। ਰਾਤ ਦਾ ਟਾਈਮ ਸੀ ਕੋਈ 8-9 ਵਜੇ ਦਾ, ਅਤੇ ਇੱਕ ਜਗ੍ਹਾ ਲੈ ਜਾ ਕੇ ਖੇਤਾਂ 'ਚ ਮੈਨੂੰ ਕਹਿੰਦੇ ਜੀ, ਬੜੀ ਬੜੀ ਕਣਕ ਖੜ੍ਹੀ ਸੀ, ਮੈਨੂੰ ਕਹਿੰਦੇ ਜੀ ਆਹ ਮੈਂ 8 ਕਿੱਲੇ ਖਰੀਦੀ ਹੈ। ਅਤੇ ਮੈਂ ਕਿਹਾ ਵੀ ਕਿਚੋਂ ਕਿੱਲੇ, ਇਹਨੂੰ ਕਮਾਈ ਕਹਿੰਦੇ ਨੇ, ਬਹੁਤ ਲੋਕ ਨੇ ਉਹ ਖਾ ਪਏ, ਬਰਬਾਦ ਕਰ ਦਿੰਦੇ ਨੇ, ਤੂੰ ਬਹੁਤ ਅੱਛਾ ਕੀਤਾ। ਉਸ ਤੋਂ ਮਗਰੋਂ ਉਹ ਮੁੰਡੇ ਨੂੰ, ਦੇਖੋ ਨੌਜਵਾਨ ਨੂੰ ਜਦੋਂ ਤੁਸੀਂ ਹਲਾ ਸ਼ੇਰੀ ਦਿੰਦੇ ਹੋ ਜਾਂ ਉਹਦੀ ਤਾਰੀਫ ਕਰਦੇ ਹੋ, ਉਹਦਾ ਹੌਸਲਾ ਵੀ ਵੱਧਦਾ, ਉਹਨੂੰ ਐਨਰਜੀ ਮਿਲਦੀ ਹੈ। ਉਹ ਬੱਚੇ ਨੇ ਮੇਰੀ ਬੜੀ ਸੇਵਾ ਕੀਤੀ, ਮੈਨੂੰ ਘਰੇ ਲੈ ਗਿਆ, ਰੋਟੀ ਖਾ ਕੇ ਮੈਨੂੰ ਰਾਤ ਨੂੰ ਤਕਰੀਬਨ 11 ਵਜੇ ਘਰ ਛੱਡ ਕੇ ਗਿਆ। ਇਹ 10 ਕੁ ਦਿਨ ਪਹਿਲਾਂ ਦੀ ਗੱਲ ਹੈ, ਸਾਨੂੰ ਇਸ ਗੱਲ ਦਾ ਬਿਲਕੁਲ ਪਤਾ ਨਹੀਂ ਸੀਗਾ ਕਿ ਆਹ ਹੋਣੀ ਹੋਣ ਵਾਲੀ ਹੈ। ਨਹੀਂ, ਕਹਿੰਦੇ ਉਸ ਟਾਈਮ ਬੜੀਆਂ ਧਮਕੀਆਂ ਚਮਕੀਲੇ ਨੂੰ ਮਿਲ ਰਹੀਆਂ ਸੀ, ਤੁਹਾਨੂੰ ਡਰ ਨਹੀਂ ਲੱਗਿਆ ਕਾਰ ਦੇ ਨਾਲ ਬੈਠੇ ਹੋਏ ਕਿ ਕਿਤੇ ਇਹਦੇ ਉੱਪਰ ਅਟੈਕ ਹੋਵੇ? ਸਦੀਕ ਸਾਹਿਬ ਉਸੇ ਦੌਰ 'ਚ ਗਾਇਆ। ਹਾਂਜੀ, ਔਰ ਤੁਹਾਡੇ ਵੀ ਬਹੁਤ ਸਾਰੇ ਐਸੇ ਗੀਤ ਹੈ ਜਿਨ੍ਹਾਂ 'ਤੇ ਕਿੰਤੂ ਪਰੰਤੂ ਹੁੰਦੇ ਰਹੇ ਹੈ। ਬਹੁਤ ਬਹੁਤ ਸਾਰੇ ਐਸੇ ਗੀਤ, ਬਹੁਤ ਸਾਰੇ ਨਹੀਂ ਕੁਛ ਨੇ, ਚਲੋ ਕੁਛ ਹੋਣਗੇ ਪਰ ਹੁੰਦੇ ਰਹੇ ਹੈ। ਤੁਹਾਨੂੰ ਕੋਈ ਐਸਾ ਡਰ ਉਸ ਵੇਲੇ ਧਮਕੀਆਂ ਕਿ ਉਹ ਸੇਮ ਮਾਹੌਲ ਜੋ ਚੀਜ਼ ਚਮਕੀਲੇ ਨਾਲ ਹੋਈ ਤੁਸੀਂ ਕਦੇ ਮਹਿਸੂਸ ਕੀਤੀ? ਹਾਂ, ਕੀਤੀ ਹੈ, ਅਸੀਂ ਵੀ ਡਰਦੇ ਸੀਗੇ, ਪਰ ਗੱਲ ਇਹ ਹੈ ਬਈ ਜੇ ਕੰਮ ਛੱਡਦੇ ਸੀਗੇ, ਨਾ ਤਾਂ ਅਸੀਂ ਟਰਾਂਸਪੋਰਟਰ ਹੈ, ਨਾ ਅਸੀਂ ਬੜੇ ਵੱਡੇ ਜ਼ਿੰਮੀਦਾਰ ਹੈ, ਅਤੇ ਨਾ ਹੀ ਅਸੀਂ ਕਾਰਖਾਨੇਦਾਰ ਹੈ। ਅਸੀਂ ਤਾਂ ਬੱਚੇ ਪਾਲਣ ਵਾਸਤੇ ਕੰਮ ਸ਼ੁਰੂ ਕੀਤਾ ਸੀ, ਠੀਕ ਹੈ, ਹਾਂਜੀ, ਜੇ ਅਸੀਂ ਛੱਡਦੇ ਸੀਗੇ ਤਾਂ ਅਸੀਂ ਘਰ 'ਚ ਭੁੱਖੇ ਬੈਠ ਜਾਂਦੇ। ਇਸ ਕਰਕੇ ਕੰਮ ਛੱਡਣਾ ਤਾਂ ਸਾਡਾ ਕੰਮ ਨਹੀਂ ਸੀਗਾ, ਅਸੀਂ ਕਰਦੇ ਸੀਗੇ, ਲੇਕਿਨ ਹਾਲਾਤ ਦੇਖ ਕੇ ਵੀ ਇਹੋ ਜਿਹੇ ਹਾਲਾਤ ਨੇ। ਹਾਂਜੀ, ਵੈਸੇ ਕਦੇ ਸਾਨੂੰ ਟੋਕਿਆ ਵੀ ਨਹੀਂ ਹੈਗਾ। ਇੱਕ ਬਜ਼ੁਰਗ ਨੇ ਉੱਠ ਕੇ ਕਿਹਾ ਸੀਗਾ ਇੱਕ ਵਾਰੀ, ਕਹਿੰਦਾ ਵੀ ਗੱਲ ਇਹ ਆ, ਬੁੜੀਆਂ ਕੁੜੀਆਂ ਬੈਠੀਆਂ ਨੇ, ਕੋਈ ਗੰਦਾ ਗੀਤ ਨਾ ਗਾਇਓ। ਹਾਂਜੀ, ਠੀਕ ਹੈ, ਅਤੇ ਮੇਰੇ ਨਾਲ ਦੇ ਸੱਜਣ ਨੇ ਉੱਠ ਕੇ ਕਹਿ ਦਿੱਤਾ, ਕਹਿੰਦਾ ਬਾਬਾ ਜਿਹੜੀਆਂ ਟੱਬਰ ਦੇ ਮੂਹਰੇ ਧੀਆਂ ਭੈਣਾਂ ਦੇ ਸਾਹਮਣੇ ਤੂੰ ਕੁੱਤੇ ਨੂੰ ਗਾਲਾਂ ਕੱਢੀ ਜਾਂਦਾ ਨਾ, ਐਡਾ ਗੰਦਾ ਗੀਤ ਤਾਂ ਕਦੇ ਇਸ ਨੇ ਲਿਖਿਆ ਨਹੀਂ ਹੈ, ਤੂੰ ਕੀ ਸਮਝਦਾ ਵੀ ਇਹ ਗੰਦ ਬਣਾਉਣ ਆਏ ਨੇ? ਹਾਂਜੀ, ਫਿਰ ਚੁੱਪ ਕਰ ਗਿਆ। ਮੈਨੂੰ ਕਹਿੰਦਾ ਜੀ ਇਹਨੂੰ ਤੁਸੀਂ ਕੁਛ ਕਹੋ। ਮੈਂ ਕਹਿੰਦਾ
ਕਈ ਲੋਕਾਂ ਦੀ ਆਦਤ ਹੈ ਉਹ ਇਕੱਠ ਵਿੱਚ ਖੜ੍ਹੇ ਹੋ ਕੇ ਬੋਲਦੇ ਨੇ ਔਰ ਬਾਅਦ ਵਿੱਚ ਗੱਲਾਂ ਕਰਦੇ ਨੇ ਦਰਵਾਜ਼ੇ ਬੈਠ ਕੇ। ਮੈਂ ਟੋਕਿਆ ਸੀ, ਮੈਂ ਕਿਹਾ ਸੀ, ਇਹ ਮੈਂ ਆਦਤਾਂ ਹੁੰਦੀਆਂ ਨੇ, ਉਹਨੇ ਕਹਿਣਾ ਸੀ ਕਹਿ ਦਿੱਤਾ, ਤੂੰ ਜਵਾਬ ਦੇ ਤਾਂ ਵਧੀਆ ਕੀਤਾ। ਠੀਕ ਹੈ, ਚਲੋ ਅਸੀਂ ਟੀਮ ਤੋਂ ਸਵਾਲ ਲੈਂਦੇ ਹਾਂ, ਪਰ ਮੇਰਾ ਇੱਕ ਹੋਰ ਛੋਟਾ ਜਿਹਾ ਸਵਾਲ ਹੈ, ਰਣਵੀਰ ਸਾਡੇ ਸਹਿਯੋਗੀ ਹੈਗੇ ਨੇ, ਚਮਕੀਲੇ ਦੇ ਉੱਤੇ ਮੂਵੀ ਬਣ ਗਈ, ਮੁਹੰਮਦ ਸਦੀਕ ਸਮਝਦੇ ਨੇ ਕਿ ਮੇਰੇ ਉੱਤੇ ਵੀ ਕਿਸ ਦਿਨ ਫਿਲਮ ਬਣੇ? ਜੀ ਨਹੀਂ, ਮੇਰੇ ਉੱਤੇ ਬਣਨ ਲੱਗੀ ਸੀ, ਮੈਂ ਉਹਨਾਂ ਨੂੰ ਹੱਥ ਬੰਨ ਦਿੱਤੇ ਜਾਣ ਦੇ। ਨਹੀਂ ਦੇਖੋ, ਮਹਿੰਦਰ ਸਿੰਘ ਧੋਨੀ ਦੇ ਉੱਤੇ, ਸਚਿਨ ਤੇਂਦੁਲਕਰ ਦੇ ਉੱਤੇ ਫਿਲਮ ਬਣ ਗਈ, ਬਾਇਓਪਿਕ ਬਣਦੀਆਂ ਨੇ ਬਹੁਤ ਸਾਰੇ ਕਲਾਕਾਰਾਂ ਦੀਆਂ, ਪਤਾ ਇਸ ਗੱਲ ਦਾ। ਹਾਂਜੀ, ਮੈਂ ਉਹਨਾਂ ਨੂੰ ਵੈਸੇ ਹੀ ਹੱਥ ਬੰਨ ਦਿੱਤੇ ਵੀ ਯਾਰ ਤੁਸੀਂ ਜਾਣਦੇ ਹੋ, ਮੇਰੇ ਉਹਨਾਂ ਦੇ ਵਿੱਚ ਮੇਰੇ ਕੋਲ ਕੰਮ ਬਹੁਤ ਸੀਗਾ, ਮੈਂ ਯਾਰ ਤਾਂ ਮੈਂ ਆਪਣਾ ਨੁਕਸਾਨ ਕਰੂੰਗਾ। ਹਾਂਜੀ, ਜਦੋਂ ਮੇਰੇ ਸੈਕਟਰੀ ਨੇ ਉਹਨਾਂ ਤੋਂ ਪੈਸੇ ਮੰਗ ਲਏ ਵੀ ਇੰਨੇ ਲੈਣੇ ਨੇ, ਹਾਂਜੀ, ਫਿਰ ਮੇਰਾ ਖਿਆਲ ਉਹ ਸਾਰਾ ਪ੍ਰੋਜੈਕਟ ਡਰੌਪ ਕਰ। ਦੱਸੋਗੇ ਕਿੰਨੇ ਪੈਸੇ ਮੰਗੇ? ਹਾਂਜੀ, ਦੱਸੋਗੇ ਕਿੰਨੇ ਪੈਸੇ? ਮੈਂ ਉਹਨੂੰ ਪੁੱਛਿਆ ਸੀ ਮੈਂ ਕੀ ਗੱਲ ਹੋ ਗਈ, ਆਉਂਦੇ ਹੁੰਦੇ ਸੀਗੇ ਹੁਣ ਆਉਂਦੇ ਨਹੀਂ ਹੈਗੇ, ਕਹਿੰਦੇ ਮੈਂ ਉਹਨੂੰ ਤਾਂ 25 ਲੱਖ ਰੁਪਈਆ ਮੰਗ ਲਿਆ ਸੀਗਾ। ਜਿਹੜੀ ਇੱਕ ਤਰ੍ਹਾਂ ਦੀ ਤੁਸੀਂ ਕਹਿ ਲਓ ਕਿ ਮੂਵੀ ਦੀ ਰਾਇਲਟੀ ਹੁੰਦੀ ਹੈ ਕਿ ਸਾਨੂੰ ਦੇ ਦਿਓ ਔਰ ਰਾਇਲਟੀ। ਅੱਛਾ, ਹੁਣ ਕੋਈ ਆਵੇ ਤਾਂ ਗੱਲ ਕਰੋਗੇ? ਨਹੀਂ, ਜੇ ਅਗਰ ਕੋਈ ਸਮਝਦਾ ਵੀ ਮੇਰੀ ਮੂਵੀ ਬਣਨੀ ਚਾਹੀਦੀ ਹੈ ਜੀ, ਬਲਕਿ ਤਾਂ ਮੇਰਾ ਕੋਈ ਐਸਾ ਕਾਰਨਾਮਾ ਹੈ ਨਹੀਂ। ਦੇਖੋ ਇਹ ਤੁਸੀਂ ਕਿਉਂਕਿ ਸਿਆਸਤਦਾਨ ਵੀ ਹੋ, ਇਹ ਗੱਲ ਕਈ ਸੰਦਰਭਾਂ 'ਚ ਚਲੀ ਜਾਂਦੀ ਹੈ, ਕਈ ਸਿਆਸਤਦਾਨਾਂ ਦੀਆਂ ਮੂਵੀਆਂ ਬਣਦੀਆਂ ਔਰ ਕਾਰਨਾਮਿਆਂ ਦੀਆਂ ਵੀ ਬਣਦੀਆਂ, ਵੱਖਰੇ ਤਰੀਕੇ ਨਾਲ ਕੋਈ ਕਾਰਨਾਮਾ ਕਰੂੰਗਾ ਤਦੇ ਬਣੂਗੀ ਨਾ। ਸੀ ਤੁਸੀਂ ਉਹਦੇ? ਜੀ ਹਾਂ, ਕੋ ਪ੍ਰੋਡਿਊਸਰ ਸੀ। ਕੋ ਪ੍ਰੋਡਿਊਸਰ ਸੀ।